ਫਿਰ ਕਿਵੇਂ ਕਿਵੇਂ ਨਿਕਲੇ ਦੱਸੋ ਹੁਣ ਥੋੜ੍ਹਾ। ਉੱਥੋਂ ਤੋਬਾ ਲੈ ਮਾਫ਼ੀ, ਉਦੋਂ ਸਾਡੇ ਵਾਸਤੇ ਜੋ ਕਿਆਮਤ ਆਈ ਇਹ ਹੈ। ਸਿੱਖ ਜਿਹੜੇ ਸੀ ਨਾ ਸਿੱਖ, ਅੱਛਾ, ਇਹ ਹਿੰਦੂਆਂ ਨੇ ਸਿੱਖਾਂ ਨੂੰ ਭੁਗਤਾ ਦੇਣਾ ਹੈ ਹਿੰਦੂਆਂ ਨੂੰ। ਅੱਛਾ, ਇਹ ਹਿੰਦੂ ਜਿਹੜੇ ਸੀ ਨਾ ਉਹਨੇ ਪਤਾਇਆ ਸੀ ਸਿੱਖਾਂ। ਆਹੋ, ਅੱਛਾ, ਉਹਦੇ ਤੁਹਾਨੂੰ ਨਾ ਹਿੰਦੂ ਦਾਨ ਦੇਵੇ, ਤੁਹਾਨੂੰ ਇੱਕ ਪਾਸਾ ਦਿਆਂਗੇ। ਅੱਛਾ, ਹੈਂ, ਅਤੇ ਤੁਸੀਂ ਨਾ ਮੁਸਲਮਾਨ ਨੂੰ ਜਾਣ ਨਾ ਦਿਓ, ਆਪਾਂ ਕਰ ਲਾ ਦੇਵੇ, ਇੱਥੇ ਮਾਰ ਮਾਰ ਸੱਟੀ ਜਾ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਹੋ ਸਾਡਾ ਯੂਟਿਊਬ ਚੈਨਲ ਮੇਰਾ ਪਿੰਡ ਮੇਰਾ ਪੰਜਾਬ, ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ, 1947 ਦੇ ਵੰਡ ਵੇਲਿਆਂ ਦੀ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਨਾ ਬਜ਼ੁਰਗ ਮੌਜੂਦ ਨੇ, ਇਹਨਾਂ ਨਾਲ ਗੱਲ ਕਰਨੀ, ਇਹਨਾਂ ਨੂੰ ਪੁੱਛਣਾ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ਬਾਨੀ 'ਚ। ਬਜ਼ੁਰਗ, ਆਪਣਾ ਨਾਂ ਕੀ ਹੈ? ਮੁਹੰਮਦ ਅਯੂਬ। ਮੁਹੰਮਦ ਅਯੂਬ, ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਜੀ? ਬਦਰਦੀਨ। ਬਦਰਦੀਨ। ਦਾਦਾ ਜੀ ਦਾ? ਮੁਹੰਮਦ ਬੂਟਾ। ਮੁਹੰਮਦ ਬੂਟਾ। ਬਜ਼ੁਰਗ ਜੀ, ਤਾਂ ਵੰਡ ਹੋਈ ਹੈ 1947 ਦੀ, ਉਦੋਂ ਕਿੱਡੇ ਕੁਛ ਹੋ ਤੁਸੀਂ? ਮੈਂ ਸੀ ਉਦੋਂ 12 ਸਾਲ ਦਾ, 13 ਦਾ। ਸੰਭਾਲ ਆਇਆ, ਤੁਹਾਨੂੰ ਸਾਰੀ ਯਾਦ ਹੈ? ਹਾਂ। ਅੱਛਾ, ਤੁਹਾਡੀ ਜਾਤ ਕਿਹੜੀ ਬਜ਼ੁਰਗ? ਯਾਦ ਸਾਡੀ ਮਹਿਰ। ਮਹਿਰ ਰਾਈ ਜੀ ਤੁਸੀਂ? ਰਾਈ। ਅੱਛਾ ਜੀ। ਅੱਛਾ, ਪਿੰਡ ਵਿੱਚ ਇਸ ਟਾਈਮ ਜਾਤਾਂ ਕਿਹੜੀ ਕਿਹੜੀਆਂ ਨੇ? ਇੱਥੇ? ਹਾਂ, ਇੱਥੇ ਜੱਟ ਵੀ ਹੈ। ਅੱਛਾ, ਹੰਜਰਾ ਵੀ ਹੈ। ਹੰਜਰਾ ਵੀ ਹੈ ਨੇ? ਹਾਂ। ਅੱਛਾ, ਅਤੇ ਰਾਈ ਵੀ ਹੈ। ਅੱਛਾ ਅੱਛਾ, ਹਾਂਜੀ। ਆਹਦੇ ਜਿਹੜੇ ਗ੍ਰਾਹੇ ਵੀ ਹੈ ਨੇ ਕੋਈ? ਹਾਂ, ਗ੍ਰਾਹੇ ਨਹੀਂ, ਗ੍ਰਾਹੇ ਕੋਈ। ਅੱਛਾ, ਸਹੀ ਹੋ ਗਿਆ। ਬਜ਼ੁਰਗ, ਆਪਣਾ ਚੜ੍ਹਦੇ ਪੰਜਾਬ ਇੰਡੀਆ ਵਿੱਚ ਕਿਹੜਾ ਪਿੰਡ ਸੀ? ਸਾਡਾ ਪਿੰਡ ਸੀ ਲੱਖਣ। ਲੱਖਣ? ਹਾਂ। ਅੱਛਾ ਜੀ। ਇੱਕ ਸੀ ਵੱਡਾ ਲੱਖਣ, ਇੱਕ ਸੀ ਛੋਟਾ ਲੱਖਣ। ਅੱਛਾ ਜੀ। ਕਰਪੂਰਥਲਾ ਨੇ, ਕਰਪੂਰਥਲਾ ਜਿੱਥੇ ਸਿੱਖ ਸੀ। ਹਾਂਜੀ ਹਾਂਜੀ, ਮਹਾਰਾਜ। ਅੱਛਾ ਜੀ, ਸਿੱਖ ਸੀ ਉਹ ਵੀ, ਉਹ ਵੀ ਸਿੱਖ ਸੀ। ਅੱਛਾ, ਤੁਹਾਡੇ ਪਿੰਡ ਦਾ ਨਾਂ ਲੱਖਣ ਸੀ? ਹੈ, ਲੱਖਣ ਸੀ। ਤੁਹਾਡੀ ਤਹਿਸੀਲ ਜ਼ਿਲ੍ਹਾ ਕਿਹੜਾ ਸੀ ਬਾਬਿਓ? ਤਹਿਸੀਲ ਜ਼ਿਲ੍ਹਾ ਜਲੰਧਰੀ। ਜ਼ਿਲ੍ਹਾ ਜਲੰਧਰ। ਹਾਂ, ਅਤੇ ਤਹਿਸੀਲ ਕਿਹੜੀ ਸੀ? ਤਹਿਸੀਲ ਦਾ ਹੁਣ ਮੈਨੂੰ ਕੋਈ ਨਹੀਂ। ਕਪੂਰਥਲਾ ਤਾਂ ਨਹੀਂ ਸੀ? ਹੈਂਜੀ, ਕਪੂਰਥਲਾ ਤਾਂ ਨਹੀਂ ਸੀ, ਖਰੇ ਕਪੂਰਥਲਾ ਹੀ ਸੀ, ਪਤਾ ਨਹੀਂ ਹੁਣ, ਚੇਤਾ ਨਹੀਂ ਮੈਨੂੰ, ਚੇਤਾ ਨਹੀਂ। ਅੱਛਾ, ਤੁਹਾਡਾ ਉਹ ਪਿੰਡ ਦੇ ਆਲੇ ਦੁਆਲੇ ਕਿਹੜੇ ਪਿੰਡ ਸਨ ਹੋਰ? ਹੈਂਜੀ, ਉਸ ਪਿੰਡ ਦੇ ਚੜ੍ਹਦੇ ਪੰਜਾਬ ਵਾਲੇ, ਤੁਹਾਡੇ ਪਿੰਡ ਦੇ ਆਲੇ ਦੁਆਲੇ ਪਿੰਡ 2-4 ਕਿਹੜੇ ਸਨ? ਉਰੇ ਆਲੇ ਦੁਆਲੇ ਸੀ ਵੱਡਾ ਲੱਖਣ, ਅਤੇ ਸਾਡਾ ਪਿੰਡ ਲੱਖਣ ਜਿਹੜਾ ਹੈ ਸਮਹਾਨ ਕਲ। ਉੱਚੀ ਬੋਲੋ ਥੋੜ੍ਹਾ, ਬਜ਼ੁਰਗ ਉੱਚੀ ਥੋੜ੍ਹਾ। ਅਤੇ ਆਪਣਾ ਬੂਟਾ ਸੀ ਇੱਕ ਨਾ, ਉਹ ਪਿੰਡ ਸੀ ਬੂਟਾ, ਹੈਂ। ਅੱਛਾ, ਨਾਂ ਉਹਦਾ ਬੂਟਾ ਸੀ, ਬੂਟਾ ਪਿੰਡ ਦੇ ਨਾਂ। ਅੱਛਾ ਜੀ। ਅਤੇ ਆਲੇ ਦੁਆਲੇ ਹੋਰ ਘੁੱਗਾ ਸ਼ੋਰਾ, ਕਰਤਾਰਪੁਰ, ਦਿਆਲਪੁਰ, ਇਹੋ ਜਿਹਾ ਪਿੰਡ ਨੇ। ਅੱਛਾ ਬਜ਼ੁਰਗੋ, ਤੁਹਾਡੇ ਉਸ ਪਿੰਡ ਵਿੱਚ ਕਿਹੜੀ ਕਿਹੜੀ ਬਰਾਦਰੀ ਸੀ? ਸਾਡੇ ਪਿੰਡ ਵਿੱਚ ਰਾਈ ਸੀ, ਰਾਜਪੂਤ ਸੀ। ਅੱਛਾ ਜੀ। ਹਾਂਜੀ, ਅਤੇ ਇੱਕ ਸੀਗੇ ਆਪਣੇ ਸਾਡੇ ਭਰਾਏ ਸੀ, ਉਹ ਬਾਬਾ ਖੇਲੀ, ਉਹਨਾਂ ਨੂੰ ਬਾਬਾ ਖੇਲੀ ਆਉਂਦੇ ਸੀ, ਉਹ ਤੁਰ ਕੇ ਨੇ ਉੱਥੇ ਪੈਸਲਾ ਪਾ। ਅੱਛਾ, ਹਾਂ, ਇਹ ਸੀ ਬਰਾਦਰੀ। ਹੋਰ ਕਿਹੜੇ ਸਨ? ਹੋਰ ਕੋਈ? ਤੁਸੀਂ ਤਾਂ ਮੁਸਲਮਾਨ ਹੋ ਗਏ। ਤੁਸੀਂ ਮੁਸਲਮਾਨ ਸਾਰੇ ਹੋ ਗਏ, ਹੋਰ ਕੌਣ ਸਨ? ਸਾਰੇ ਮੁਸਲਮਾਨ ਸੀ, ਸਾਡਾ ਪਿੰਡ ਕੋਈ ਸਿੱਖ ਨਹੀਂ ਸੀ ਵਿੱਚ ਪਿੰਡ ਦੇ। ਸਾਡੇ ਖੱਤਰੀ ਆਇਆ ਸੀ ਕੋਈ? ਇੱਕ ਸੀ ਪਿੰਡ ਬਣਾ ਲਿਆ ਖੱਤਰੀ ਆ, ਖੱਤਰੀ ਦਾ ਆਇਆ ਸੀ, ਖੱਤਰੀ ਆ। ਕੀ ਨਾਂ ਸੀ ਉਹਦਾ? ਖੱਤਰੀ ਦਾ ਜੱਗਾ। ਖੱਤਰੀ ਦਾ ਨਾਂ ਜੱਗਾ ਸੀ। ਹਾਂ। ਹੋਰ ਕੋਈ ਬਾਹਮਣ ਬੁਮਣ ਕੋਈ ਸਨ? ਨਹੀਂ। ਸਾਈ ਚੂੜੇ ਆਇਆ ਸਾਂ? ਸਾਈ ਨਹੀਂ, ਸਾਈ ਸਾਈ ਕੋਈ ਨਹੀਂ। ਅੱਛਾ, ਪਿੰਡ ਆਪਣਾ ਕਿੱਡਾ ਸੀ ਬਜ਼ੁਰਗ? ਪਿੰਡ ਵਾਹਵਾ ਸੀ, ਜਿਹੜਾ ਆਪ ਐਡਾ ਪਿੰਡ, ਆ ਬੋਰੇ ਟੱਕ ਵਾਲੇ ਨੇ, ਐਡਾ ਪਿੰਡ ਸਾਡਾ ਹੈ ਸੀ। ਅੱਛਾ ਅੱਛਾ। ਆ ਵੀਰਾ ਸੀ। ਪੱਤੀਆਂ ਤੁਹਾਡੇ ਪਿੰਡ ਦੀਆਂ ਕਿੰਨੀਆਂ? ਹਾਂਜੀ, ਕਿੰਨੀਆਂ ਪੱਤੀਆਂ ਪਿੰਡ ਦੀਆਂ? ਪਿੰਡ ਦੀਆਂ ਸੀ 3 ਪੱਤੀ। ਨੰਬਰਦਾਰ ਕਿੰਨੇ? ਇੱਕੋ ਨੰਬਰਦਾਰ। ਨੰਬਰਦਾਰ ਦਾ ਨਾਂ ਯਾਦ ਹੈ? ਨਹੀਂ, ਕੋਈ ਨਹੀਂ ਯਾਦ। ਮੁਸਲਮਾਨ ਸੀ? ਅਸੀਂ ਸਾਰੇ ਮੁਸਲਮਾਨ ਸੀ ਉੱਥੇ, ਕੋਈ ਸਿੱਖ ਨਹੀਂ ਸੀ, ਕੋਈ ਹਿੰਦੂ। ਆਪਣੀ ਮਸੀਤਾਂ ਕਿੰਨੀਆਂ ਹਨ ਉਸੇ ਪਿੰਡ? ਇੱਕੋ ਮਸੀਤ। ਇੱਕ ਹੀ ਮਸੀਤ? ਹਾਂ। ਸਾਰੇ ਉੱਥੇ ਪੜ੍ਹਦੇ ਹਨ? ਹਾਂਜੀ। ਅੱਛਾ, ਪਿੰਡ 'ਚ ਖੂਹੀਆਂ ਆਇਆ ਸਾਂ? ਹਾਂਜੀ, ਪਿੰਡ 'ਚ ਖੂਹੀਆਂ ਆਇਆ ਸਾਂ? ਖੂਹੀਆਂ? ਇੱਕੋ ਹੀ ਖੂਹੀ ਸੀ, ਉੱਥੇ ਨਮਾਜ਼ ਪੜ੍ਹਦੇ ਸਨ, ਅਤੇ ਉੱਥੇ ਪਾਣੀ ਭਰ ਕੇ ਪੀਂਦੇ ਸੀ, ਬੜਾ
ਘਰਾਂ ਦੇ ਵਿੱਚ ਪਾਣੀ ਲਿਆਉਂਦੇ ਸੀ ਮਾਛੀ ਕੱਢਦੇ ਸੀ ਮੱਛਰਾਂ ਦੇ ਨਾਲ ਅਤੇ ਬਸ ਉਹ ਘੜੇ ਭਰ ਲੈਣੇ ਘੜੇ ਭਰ ਕੇ ਅਤੇ ਆਪਣੇ ਅੱਠ ਪੈਰ ਕੱਢਦੇ ਸੀ ਘੜਿਆਂ ਦੇ ਨਾਲ ਪਾਣੀ ਦੇ ਨਾਲ ਕੱਚੇ ਘੜੇ ਅੱਠ ਪੈਰ ਪਾਣੀ ਪਾ ਲੈਂਦੇ ਸੀ ਸਵੇਰੇ ਪਾ ਲੈਣਾ ਅਤੇ ਫਿਰ ਇਸਲੇ ਜਾ ਕੇ ਪਾ ਲੈਣਾ ਹੈ ਜੀ ਐਸੇ ਪਾ ਕੇ ਭਰ ਕੇ ਬਜ਼ੁਰਗੋ ਤੁਹਾਡੀ ਉੱਥੇ ਬੋਲੀ ਕਿਹੜੀ ਸੀ ਬੋਲੀ ਉੱਥੇ ਵਾਲੀ ਆਹੀ ਹੋਈ ਜਿਹੜੀ ਅਸੀਂ ਬੋਲਦੇ ਹਾਂ ਹੁਣ ਨਹੀਂ ਆਹ ਜਿਹੜੀ ਹੁਣ ਬੋਲਣ ਜਲੰਧਰੀ ਬੋਲਣ ਡੇ ਹਾਂ ਇਹ ਬੋਲੀ ਪੰਜਾਬੀ ਅੱਛਾ ਅੱਛਾ ਇਹੀ ਬੋਲੀ ਸੀ ਸਾਡੀ ਇਹ ਬੋਲੀ ਇੱਥੇ ਵੀ ਉਹੀ ਬੋਲਦੇ ਬੋਲੀ ਹਾਂ ਜਲੰਧਰ ਵਾਲੀ ਹਾਂਜੀ ਸਹੀ ਨਾਲ ਨਾਲ ਜਿਹੜੇ ਪਿੰਡ ਤੁਸੀਂ ਦੱਸੇ ਨੇ ਉਹਨਾਂ ਵਿੱਚ ਸਿੱਖ ਹੈ ਸਾ ਸਿੱਖ ਖੱਤਰੀ ਵਗੈਰਾ ਕਿਹਨਾਂ ਕਿਹਨਾਂ ਦੇ ਵਿੱਚ ਹੈ ਸੀ ਸਿੱਖ ਅਤੇ ਕਿਹਨਾਂ ਦੇ ਕੋਈ ਨਹੀਂ ਸੀ ਸਿੱਖ ਅੱਛਾ ਹਾਂ ਨਾਮੇ ਹੈ ਨਹੀਂ ਸਿੱਖ ਤੁਹਾਡੀ ਆਪਣੀ ਪੈਲੀਆਂ ਕਿੰਨੀਆਂ ਹਨ ਪੈਲੀਆਂ ਸਾਡੀਆਂ ਸੀ ਚਾਰ ਚਾਰ ਪੈਲੀਆਂ ਇੱਥੇ ਬਾਬੇ ਕਿੰਨੀਆਂ ਮਿਲੀਆਂ ਫਿਰ ਆਉਣ ਇੱਥੇ ਤਿੰਨ ਇਹ ਤਿੰਨ ਪਈਆਂ ਲਾਟ ਹੋਈਆਂ ਅੱਛਾ ਵਾਹੀ ਕਰਦੇ ਹੋ ਤੁਸੀਂ ਉੱਥੇ ਵਾਹੀ ਲਾਉਂਦੇ ਹੋ ਉੱਥੇ ਬਾਬੇ ਵਾਹੀ ਕਰਦੇ ਸੀ ਵਾਹੀ ਕੋਈ ਠੇਕੇ ਤੋਂ ਲੈ ਕੇ ਭੋਏ ਵੇਚਦੇ ਸੀ ਖੱਤਰੀਆਂ ਦੀ ਖੂਹਾਂ ਦੀ ਪੈਲੀਆਂ ਦੀ ਪੈਲੀਆਂ ਕਿੰਨੇ ਦੇ ਠੇਕੇ 'ਤੇ ਲੈਂਦੇ ਸੋ ਠੇਕੇ ਦੇ ਨਹੀਂ ਹਿੱਸੇ 'ਤੇ ਪਾਉਂਦੇ ਸੀ ਕਿਹਨਾਂ ਦੀ ਸਿੱਖ ਆਪਣੇ ਖੱਤਰੀਆਂ ਦੀ ਖੱਤਰੀਆਂ ਦੀ ਖੱਤਰੀਆਂ ਦੀ ਪੈਲੀਆਂ ਦੀ ਉਹ ਖੱਤਰੀ ਦਾ ਨਹੀਂ ਨਾ ਯਾਰ ਉਹ ਖੱਤਰੀਆਂ ਸੀ ਆਪਣੇ ਵੱਡੇ ਲੱਖਣ ਦੀ ਕੋਈ ਵੱਡੇ ਲੱਖਣ ਪਿੰਡ ਦੀ ਖੱਤਰੀ ਜਿਨ੍ਹਾਂ ਦੀ ਤੁਸੀਂ ਪੈਲੀਆਂ ਮੰਨਦੇ ਹਾਂਜੀ ਨਾ ਯਾਦ ਹੈ ਉਹਨਾਂ ਖੱਤਰੀਆਂ ਦਾ ਨਹੀਂ ਕੋਈ ਯਾਦ ਨਹੀਂ ਭੁੱਲ ਗਏ ਨੇ ਹੁਣ ਯਾਦ ਸਾਨੂੰ ਭੁੱਲ ਗਏ ਨੇ ਹਾਂ ਭੁੱਲ ਗਏ ਨੇ ਅਤੇ ਉਹ ਬਸ ਉਹ ਆਪਣੇ ਬਰਾਨੀ ਭੋਏ ਸੀ ਅਤੇ ਕੋਈ ਖੂਹਾਂ ਨਹੀਂ ਭੋਏ ਸੀ ਸਾਡੇ ਖੂਹ ਵਗਦੇ ਸੀ ਨਾ ਦਾ ਪਾਣੀ ਖੋਲ੍ਹੇ ਸੀ ਖੂਹਾਂ ਦਾ ਪਾਣੀ ਖੂਹਾਂ ਦਾ ਪਾਣੀ ਸੀ ਸਹੀ ਅਤੇ ਹੋਰ ਪੈਲੀ ਕੀ ਲਾਉਂਦੇ ਕੀ ਸੋ ਲਾਉਂਦੇ ਸੀ ਕਣਕ ਆਪਣੀ ਮਕਈ ਮੋਠ ਮੂੰਗੀ ਬਰਵਾ ਆਪਣਾ ਇਹ ਜਿਹੇ ਸਬਜ਼ੀ ਲਾਉਂਦੇ ਸਾਡੇ ਪਿੰਡ ਵਿੱਚ ਮੇਲਾ ਲੱਗਦਾ ਸੀ ਕੋਈ ਮੇਲਾ ਨਹੀਂ ਸਾਡੇ ਪਿੰਡ ਕੋਈ ਮੇਲਾ ਨਾਲ ਦੇ ਪਿੰਡ ਕੋਈ ਮਸ਼ਹੂਰ ਮੇਲਾ ਕਪੂਰਥਲੇ ਲੱਗਦਾ ਸੀ ਕਪੂਰਥਲੇ ਹਾਂ ਅੱਛਾ ਜਿੱਥੇ ਸੇ ਕੋਈ ਮਹਾਰਾਜ ਸੀ ਉੱਥੇ ਉਹ ਮੇਲਾ ਲਵਾਉਂਦਾ ਸੀ ਉੱਥੇ ਲੱਗਦਾ ਸੀ ਮੇਲਾ ਉਹ ਵੀ ਸਾਲ ਪਿੱਛੋਂ ਹਾਂਜੀ ਅੱਛਾ ਬਾਬੇ ਤੁਹਾਨੂੰ ਪਤਾ ਕਿਦੋਂ ਲੱਗਿਆ ਕਿ ਇੱਥੇ ਪਾਕਿਸਤਾਨ ਬਣ ਗਿਆ ਇੱਥੇ ਨਿਕਲਣਾ ਹਾਂ ਪਾਕਿਸਤਾਨ ਜਾਣਾ ਜਦੋਂ ਪਾਕਿਸਤਾਨ ਹਿੰਦੁਸਤਾਨ ਦਾ ਬੰਨਾ ਪਿਆ ਸੰਤਾਲੀ ਦੇ ਵਿੱਚ ਉਹਦੇ ਪਤਾ ਲੱਗ ਗਿਆ ਵੀ ਇਹ ਕੰਮ ਵਿਗੜ ਗਿਆ ਹੈ ਅੱਛਾ ਹਾਂ ਫਿਰ ਕਿਵੇਂ ਕਿਵੇਂ ਨਿਕਲੇ ਦੱਸੋ ਉੱਥੋਂ ਤੋਬਾ ਅੱਲਾ ਮਾਫੀ ਉਦੋਂ ਸਾਡੇ ਵਾਸਤੇ ਜੋ ਕਿਆਮਤ ਆਈ ਇਹ ਹੈਂ ਸਿੱਖ ਜਿਹੜੇ ਸੀ ਨਾ ਸਿੱਖ ਅੱਛਾ ਇਹ ਹਿੰਦੂਆਂ ਨੇ ਸਿੱਖਾਂ ਨੂੰ ਭੁਗਤਾ ਦੇਣਾ ਹਿੰਦੂਆਂ ਨੂੰ ਅੱਛਾ ਇਹ ਹਿੰਦੂ ਜਿਹੜੇ ਸੀ ਨਾ ਉਹਨੇ ਭੁਗਤਾਇਆ ਸੀ ਸਿੱਖਾਂ ਨੂੰ ਅੱਛਾ ਉਹਦੇ ਤੁਹਾਨੂੰ ਨਾ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਇੱਕ ਪਾਸਾ ਦਿਆਂਗੇ ਅੱਛਾ ਹੈਂ ਅਤੇ ਤੁਸੀਂ ਮੁਸਲਮਾਨ ਨੂੰ ਜਾਲ ਨਾ ਦਿਓ ਪਾਕਿਸਤਾਨ ਦੇ ਵਿੱਚ ਇੱਥੇ ਮਾਰ ਮਾਰ ਸੱਟੀ ਆ ਉਹ ਕੁੜੀ ਆਵੇ ਜਸਾ ਬਣ ਬਣ ਕੇ ਆਉਂਦੇ ਸੀ ਜਿੱਥੇ ਕੋਈ ਲੱਭਦਾ ਸੀ ਉੱਥੇ ਮਾਰ ਛੱਡਦੇ ਸੀ ਹਮਲੇ ਵਾਲੇ ਕੋਈ ਇਹ ਅੱਲਾ ਨੇ ਸਾਨੂੰ ਬਚਾਇਆ ਤੇ ਮਾਰ ਮਾਰ ਤੁਹਾਡੇ ਪਿੰਡ 'ਤੇ ਹਮਲਾ ਹੋਇਆ ਸੀ ਹਾਂਜੀ ਤੁਹਾਡੇ ਪਿੰਡ 'ਤੇ ਹਮਲਾ ਹੋਇਆ ਸੀ ਲੱਖਣ 'ਤੇ ਹਾਂ ਨਹੀਂ ਕਰਨ ਪਏ ਆ ਸਾਂ ਹਾਂ ਫਿਰ ਬਚਾ ਕਿਵੇਂ ਹੋਇਆ ਬਸ ਅੱਲਾ ਬਚਾਉਣ ਵਾਲਾ ਅੱਲਾ ਪਾਕ ਵਸੀਲਾ ਵੀ ਕਰਦਾ ਨਾ ਤੁਸੀਂ ਮੁੰਡੇ ਮੁੰਡੇ ਅੱਗੇ ਲੈ ਕੇ ਨਿਕਲੇ ਸੋ ਆਪਣੀ ਹਫਾਜ਼ ਕਰਦੇ ਕਿ ਮਿਲਟਰੀ ਸੀ ਜੀ ਆਪਣੇ ਰੋਜ਼ੇ ਰੱਖੇ ਸੀ ਮਹੀਨਾ ਇੱਕ ਅੱਛਾ ਜੀ ਹਾਂਜੀ ਅਤੇ ਈਦ ਨਮਾਜ਼ ਜਿਹੜੀ ਸੀ ਨਾ ਨਿੱਕੀ ਈਦ ਹਾਂਜੀ ਹਾਂਜੀ ਉਹ ਬੂਹੇ ਬੰਦਿਆਂ ਨੂੰ ਖਿਲਾਰ ਕੇ ਅਤੇ ਤਾਂ ਉਹ ਨਮਾਜ਼ ਪੜ੍ਹੀ ਸੀ ਈਦ ਦੀ ਇੰਨਾ ਖਤਰਾ ਸੀ ਇੰਨਾ ਖਤਰਾ ਸੀ ਆ ਮਿਲਣਾ ਹੋ ਜਾਵੇ ਹਾਂ ਅਤੇ ਨਮਾਜ਼ ਪੜ੍ਹਦਾ ਸੀ ਫਟੋਰ ਪੈ ਗਈ ਈਦ ਵਾਲੇ ਦਿਨ ਹਾਂ ਕੋਈ ਕਿੱਧਰ ਚਲਾ ਗਿਆ ਕੋਈ ਕਿੱਧਰ ਚਲਾ ਗਿਆ ਬਿਲਕੁਲ ਸਾਰੇ ਘਰ ਦੇ ਕਿੰਨੇ ਜੀ ਸੋ ਤੁਸੀਂ ਅਸੀਂ ਹਾਂ ਅਸੀਂ ਜੀ ਕੋਈ 12-13 ਜੀ ਘਰ ਘਰ ਦੇ ਹਾਂ ਭੈਣਾਂ ਭਰਾ ਹੈ ਮਾਂ ਪਿਓ ਤਾਏ ਚਾਚੇ ਸਾਰੇ ਭਰਾ 6 ਭਰਾ ਸੀ ਅਸੀਂ ਨਾ 5 ਭਰਾ ਸੀ ਮਾਂ ਪਿਓ ਸੀ ਸਾਡਾ ਅੱਛਾ ਹੈ ਦਾਦੇ ਸੀ ਦਾਦੀਆਂ ਸੀ ਆ ਬਸ ਇਹਨੇ ਇਹ ਜੀ ਸਾਡੇ ਕੋਲ ਘਰੋਂ ਕੀ ਕੁਝ ਲਿਆ ਫਿਰ ਨਿਕਲ ਲੱਗੇ ਕੋਈ ਸ਼ਾਇਦ ਨਹੀਂ ਚੁੱਕੀ ਪੈਸੇ ਪੂਸੇ ਉਲਪਰ ਨਹੀਂ ਮਾਲ ਵੀ ਛੱਡਿਆ ਉੱਥੇ ਹੀ ਕੋਈ ਕੋਈ ਸ਼ਾਇਦ ਨਹੀਂ ਲੈਣੀ ਕਿਉਂ ਕਿਉਂ ਨਹੀਂ ਲਿਆ ਕੋਈ ਨਾ ਕੋਈ ਨਾ
क्यों नहीं लिया बाबे? नहीं इन्होंने चकने नहीं थी कुछ सही ही होते कहाँ भाई मुसलमान चूड़े वो जोड़े चूड़े थे ना वो भी मारते हाँ तो बस अपने भाई जी जाना लैके उतों निकले हाँ और चुकने चुकना कोई शायद चुकी नहीं जाएगी कई लोग गड्ढे भर के अपने समान लैके तो तुर पे थे तो कई उंज ही तुर पे छड़ के माल माला अच्छा अपना माल भी छड़िया अपने अपने बोल्द भी छड़े गड्ढे भी छड़े हर किसे छड़ के चल पर एक घर छड़ के जी तुर घर छड़ के बाबा दिल कर पे घर भरे छड़ के तुरन हां जी दिल कर पे सारा कोई घर दा छड़ के तुरन जरो जाने ही अपनी मर के पता नहीं करे साडी अपना कि नहीं अपना राज मर जाने का चला नहीं बड़ा खतरा ही सानू उसे हां मेनू सारा पिंड इकट्ठा निकलया फिर इकट्ठे कोई किसे पास चलेगा कोई किसे पास चलेगा कभी पास चला पैदल ही तुरे सो जी हां जी पैदल पैदल हां पैदल तुरे के गड्डा गुड्डा लिया सी अपना तुसी नहीं कोई शहर नहीं पैदल ही हां पैदल ही तेरा मां पियो भी जेड़े पैदल ही पैदल सारे बटेरे सारे पैदल पैदल अच्छा पिंडो निकले किधर ए तो गए पिंडो से निकले सी गए सी बूटी पिंड सी को लागे हां पिंड सी लागे ओथे ओथे रहे सी रात एक अच्छा तो जने उठो उठे आ ओथे रात रहे हो हां ਤੁਹਾਨੂੰ ਕੋਈ ਰਾਤ ਨੂੰ ਉਹ ਉੱਥੇ ਸਾਡੇ ਜਿਹੜੇ ਨਾ ਮਿਲ ਹਬੀਰੇ ਚ ਉੱਥੇ ਰਹਿੰਦੇ ਸਿੱਖ ਅੱਛਾ ਉਹ ਰਾਤੀ ਲਾਪੇ ਗੋਲੀਆਂ ਚਲਾਉਣ ਅੱਛਾ ਹੈ ਉਹ ਮਾਨ ਉੱਥੋਂ ਗੋਲੀ ਤੇ ਉਹ ਟੈ ਟੈ ਕਰਦੀ ਉੱਥੇ ਬੂਟਾਂ ਦੇ ਵਿੱਚ ਲੈ ਵੀ ਸਵੇਰੇ ਰਾਤ ਦਿਨ ਚੜਿਆ ਜਿੰਨੇ ਹੈ ਨੀ ਸਾਡੇ ਬੰਦੇ ਸਾਰੇ ਉੱਠ ਕੇ ਤੇ ਰਾਤ ਨੂੰ ਜਦੋਂ ਗੋਲੀ ਚੱਲੀ ਤੂੰ ਮਰਿਆ ਤਾਂ ਨਹੀਂ ਨਹੀਂ ਬਚ ਬਚਾਈ ਰਿਹਾ ਬਚ ਗਿਆ ਰਿਹਾ ਮਾਤਰੇ ਨੇ ਬਚੀ ਨੇ ਅੱਲਾ ਬਚਾਈ ਰੱਖਿਆ ਉੱਥੋਂ ਚਲੇ ਗਿਆ ਸੀ ਜਲੰਧਰ ਬਾਬੇ ਰਾਤ ਨੂੰ ਖਾਣਾ ਫਿਰ ਕਿੱਥੋਂ ਖਾਧਾ ਰੋਟੀ ਰਾਤ ਨੂੰ ਕੋਈ ਨਹੀਂ ਖਾਣਾ ਉੱਥੇ ਕੀ ਖਾਣਾ ਉਂਝ ਹੀ ਭੁੱਲ ਗਿਆ ਲੋਕਾਂ ਨੂੰ ਖਾਣਾ ਕੀ ਸੀ ਭੁੱਖੇ ਤੇ ਰਹੇ ਹੋ ਮੈਨੇ ਭੁੱਖ ਲੱਗਦੀ ਨਹੀਂ ਭੁੱਖਾ ਮਰ ਗਈ ਕਿਸੇ ਨੇ ਛੋਲੇ ਹੀ ਨਿਕਲਾਏ ਸੀ ਉਹ ਭੁੰਨੇ ਸੀ ਉਹ ਚੱਬਣੇ ਅੱਛਾ ਜੀ ਕਿਸੇ ਨੇ ਰੋਟੀ ਕਿਸੇ ਨੇ ਆਟਾ ਕੋਈ ਥੋੜ੍ਹਾ ਬਹੁਤਾ ਇਕੱਠਾ ਕੀਤਾ ਲਿਆ ਉੱਥੇ ਵਿਚਾਰੇ ਪਕੌੜੀ ਉੱਥੇ ਖਾ ਲੈਣੀ ਪਕਾ ਕੇ ਫਿਰ ਕਿੱਧਰ ਨੂੰ ਤੁਰੇ ਸੁਬਾ ਜੀ ਹਾਂਜੀ ਫਿਰ ਸਵੇਰੇ ਕਿੱਧਰ ਨੂੰ ਨਿਕਲੇ ਫਿਰ ਤੁਰ ਗਏ ਜਲੰਧਰ ਸ਼ਹਿਰ 'ਚ ਹਾਂ 10-20 ਸੀ ਸਾਡੇ ਜਲੰਧਰ ਅੱਛਾ ਉੱਥੇ ਕੈਂਪ ਸੀ ਜੀ ਹਾਂ ਕੈਂਪ ਸੀ ਕੈਂਪ ਚਲ ਗਏ ਕਿੰਨੇ ਦਿਨ ਰਹੇ ਉੱਥੇ ਕੈਂਪ ਉੱਥੇ ਰਹੇ ਅਸੀਂ ਕੋਈ ਤੂੰ ਇਹ ਹਿਸਾਬ ਲਾ ਲਾ ਈਦ ਫੜ ਕੇ ਅਸੀਂ ਨਿਕਲੇ ਸੀ ਉੱਥੋਂ ਅਸੀਂ ਰਹੇ 2.5 ਮਹੀਨੇ ਜਲੰਧਰ 'ਚ ਕਦੀ ਕਦੀ ਕਿਤੇ ਲੈ ਜਾਣ ਸਾਨੂੰ ਕਦੀ ਯਾਨੀ ਅਗਲੀ ਵੱਡੀ ਵਿੱਚ ਹੀ ਆ ਗਈ ਹੋਣੀ ਉੱਥੇ ਹੀ ਵੱਡੀ ਜਾਣ ਕੇ ਸਿਆ ਇੱਥੇ ਪੜੀ ਫਿਰ 2.5 ਮਹੀਨੇ ਨਾ ਹੋਏ ਹਾਂ ਕਿਤੇ 2 ਮਹੀਨੇ ਰਹੇ ਹਾਂ ਇੱਥੇ ਆਣ ਕੇ ਚੰਨ ਸਾਨੂੰ ਕੁਝ ਨਾਲੇ ਚੜਿਆ ਸੀ ਵੱਡੀ ਅੱਛਾ ਬਾਬੇ ਉੱਥੇ ਜਲੰਧਰ ਫਿਰ ਕਿਤੇ ਨੂੰ ਤੁਰੇਗਾ ਇੱਥੇ ਵੱਡਾ ਕਾਫਲਾ ਬਾਬਾ ਬਣ ਗਿਆ ਸੀ ਜਲੰਧਰ 'ਚ ਉੱਥੇ ਵੱਡਾ ਹੀ ਬਣ ਗਿਆ ਸੀ ਉੱਥੇ ਰਹੇ ਨਾ ਅਸੀਂ ਫਿਰ ਮਹੀਨਾ ਕ ਫੇ ਭਾਈ ਅੱਲਾ ਦੀ ਮਿਹਰਬਾਨੀ ਹੋਈ ਆ ਫਿਰ ਰੇਲ 'ਚ ਅਸੀਂ ਆਏ ਹਾਂ ਉੱਥੇ ਚੜ੍ਹ ਕੇ ਗੱਡੀ ਰੇਲ 'ਤੇ ਬਹਿ ਗਿਆ ਹਾਂ ਰੇਲ ਦੇ ਵਿੱਚ ਰੇਲ 'ਤੇ ਰੋਕੀ ਲੁੱਟਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਹਾਂ ਰੇਲ 'ਤੇ ਨਹੀਂ ਲੁੱਟੀ ਕਿਸੇ ਨੇ ਮੈਂ ਹਾਂ ਨਾ ਹਮਲੇ ਵਾਲੇ ਨਾ ਨਾ ਕੋਈ ਨਾ ਨਾਲ ਮਿੰਟਰੀ ਸੀ ਨਾ ਮੁਸਲਮਾਨਾਂ ਦੀ ਕੋਈ ਅੱਛਾ ਬਾਬਾ ਆਪਣੇ ਪਿੰਡੋਂ ਨਿਕਲ ਕੇ ਜੀ ਦੂਸਰੇ ਪਿੰਡ ਤੁਸੀਂ ਗਏ ਰਾਤ ਉੱਥੇ ਰਹੇ ਹਾਂ ਉੱਥੋਂ ਫਿਰ ਤੁਸੀਂ ਗਏ ਉੱਥੇ ਫਿਰ ਅਗਾਂ ਬਾਹਰ ਆ ਗਿਆ ਚਲੇ ਗਿਆ ਜਲੰਧਰ ਸ਼ਹਿਰ ਚਲੇ ਜਲੰਧਰ ਚਲੇ ਗਿਆ ਉੱਥੇ ਜਾਂਦੇ ਤੱਕ ਰਾਜ ਨਹੀਂ ਹਮਲਾ ਹੋਇਆ ਕੋਈ ਸ਼ਹਿਰ ਨਹੀਂ ਰਾਹ ਦੇ ਵਿੱਚ ਕੋਈ ਹਮਲਾ ਹੋਇਆ ਵੇਖਿਆ ਤੁਸੀਂ ਮਰੇ ਟੁਕੇ ਵਧੇ ਬੜੇ ਬੜੇ ਬੜਾ ਕੁਝ ਦੱਸੋ ਨਾ ਹੋਈ ਸਾਰਾ ਕੁਝ ਦੱਸੋ ਨਾ ਉੱਥੇ ਰਾਜ ਕੀ ਕੋਈ ਤੁਸੀਂ ਵੇਖਿਆ ਉੱਥੇ ਬੜੇ ਸਿੱਖ ਸਿੱਖਾਂ ਨੇ ਕੋਈ ਸਿੱਖ ਮਰੇ ਕੋਈ ਮੁਸਲਮਾਨ ਮਰੇ ਅੱਛਾ ਹੈ ਹਮਲੇ ਨਾਲ ਲਾਸ਼ਾਂ ਗਲੀਆਂ ਸੜੀਆਂ ਪਈਆਂ ਤੋਬਾ 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 ਬਸ ਇੱਥੇ ਤੇਰੇ ਭਾਈ ਤੁਹਾਡੇ ਪਿੰਡ ਦੀ ਤਾਂ ਨਹੀਂ ਕੋਈ ਬੀਬੀ ਰਹਿ ਗਈ ਹੋਈ ਜਾਂ ਮੁਸਲਮਾਨ ਕੋਈ ਬੱਚਾ ਬੱਚਾ ਕੋਈ ਆਪਣਾ ਰਹਿ ਗਿਆ ਹੋਇਆ ਹਾਂਜੀ ਤੁਹਾਡੇ ਪਿੰਡ ਦਾ ਕੋਈ ਬੱਚੀ ਜਾਂ ਬੱਚਾ ਤਾਂ ਨਹੀਂ ਰਿਹਾ ਉੱਥੇ ਨਹੀਂ ਕੋਈ ਨਹੀਂ ਆ ਗਏ ਸੀ ਕੋਈ ਨਹੀਂ ਰਿਹਾ ਕੋਈ ਔਰਤ ਨਹੀਂ ਰਹੀ ਉੱਥੇ ਕੋਈ ਨਾ ਅੱਛਾ ਸਭ ਟੁਰ ਗਏ ਸੀ ਸਾਰੇ ਆ ਗਏ ਸੀ ਹਾਂ ਸਾਰੇ ਟੁਰ ਗਏ ਸੀ ਇੱਥੋਂ ਅੱਛਾ ਪਿੰਡ ਖਾਲੀ ਹੋ ਗਿਆ ਬਾਬੇ ਰਾਜ ਪਾਣੀ ਪੂਣੀ ਕਿੱਥੋਂ ਪੀਂਦੇ ਸੋ ਪਾਣੀ ਪਾਣੀ ਇੱਥੋਂ ਲੱਭ ਗਿਆ ਪੀ ਲਿਆ ਜਿਸ ਨਾਲ ਬਣਾ ਸੀ ਪਾਣੀ ਕਿਸੇ ਕੋਲ ਹੈ ਸੀ ਕਿਸੇ ਕੋਲ ਨਹੀਂ ਸੀ ਰਾਜ ਕਿਤੇ ਪੀਂਦੇ ਹੋ ਕਹਿੰਦਾ ਰਾਜ ਕਿਤੇ ਭਾਈ ਜੀ ਗੱਲ ਇਹ ਵੀ ਉੱਥੇ ਜਦੋਂ ਅਸੀਂ ਕੈਂਪ 'ਚ ਗਏ ਹਾਂ ਨਾ 8 ਦਿਨ ਬਾਰਿਸ਼ ਹੋਈ ਆ ਅੱਛਾ
ਹਾਂਜੀ ਅੱਠ ਦਿਨ ਪੂਰੀ ਬਾਰਿਸ਼ ਹੋਈ ਹੈ ਰਾਤ ਵੀ ਮੀਂਹ ਦਿਨੇ ਵੀ ਮੀਂਹ ਅੱਛਾ ਤਾਂ ਬਚਾਅ ਸਾਡਾ ਹੋਇਆ ਉੱਥੇ ਪਾਣੀ ਦੇ ਵਿੱਚੋਂ ਨਹੀਂ ਪਿਆ ਸੀ ਨਿਕਲੇ ਆ ਕੈਂਪ ਦੇ ਵਿੱਚੋਂ ਫਿਰ ਇਹਨਾਂ ਦੀ ਮਿਹਰਬਾਨੀ ਹੋਈ ਹੈ ਫਿਰ ਉਹ ਹਕੂਮਤ ਜਦੋਂ ਈਦ ਆਉਂਦੀ ਸੀ ਈਦ ਉੱਥੇ ਈਦ ਆਉਂਦੀ ਤੁਹਾਡੇ ਉੱਥੇ ਰਹਿੰਦੇ ਹਾਂ ਵੱਡੀ ਈਦ ਤੁਹਾਨੂੰ ਕੁਰਬਾਨੀ ਕਰਨ ਤੋਂ ਤੁਸੀਂ ਰੋਕਦੇ ਕੋਈ ਨਹੀਂ ਕੋਈ ਨਹੀਂ ਸੀ ਰੋਕਦੇ ਜਿਹੜੀ ਮਰਜ਼ੀ ਕੁਰਬਾਨੀ ਕਰਦੇ ਹਾਂ ਕੋਈ ਨਹੀਂ ਸੀ ਰੋਕਦਾ ਰੁਕਦਾ ਨਹੀਂ ਕੋਈ ਨਹੀਂ ਸੀ ਰੋਕਦਾ ਉਦੋਂ ਕੋਈ ਤੰਗ ਨਹੀਂ ਕਰਦੇ ਨਾਲ ਦੇ ਪਿੰਡ ਵਾਲੇ ਨਹੀਂ ਉਦੋਂ ਕੋਈ ਨਹੀਂ ਸੀ ਰੋਕਦੇ ਇਹ ਜਦੋਂ ਜਦੋਂ ਆਪਣਾ ਬੰਦਾ ਪਿਆ ਨਾ ਪਾਕਿਸਤਾਨ ਦਾ ਹਿੰਦੁਸਤਾਨ ਦਾ ਫਿਰ ਲੱਗੇ ਫਿਰ ਲੱਗੇ ਸੀ ਹੱਲਾ ਮਾਰਨ ਫਿਰ ਮਾਰਦੇ ਸੀ ਡੱਕਦੇ ਸੀ ਅਤੇ ਨਹੀਂ ਪਹਿਲਾਂ ਕੋਈ ਨਹੀਂ ਸੀ ਸਿੱਖ ਰਾਜ ਪਾਣੀ ਖੂਹਾਂ ਖਾਵਾਂ 'ਚ ਪੀਂਦੇ ਸੋ ਨਹੀਂ ਖੂਹ ਦਾ ਕਿੱਥੋਂ ਬਾਰਿਸ਼ਾਂ ਦਾ ਪਾਣੀ ਪੀਂਦੇ ਸੀ ਉੱਥੇ ਹੋਰ ਕੀ ਲੋਤਾ ਪਾਣੀ ਛਬੜੀਆਂ ਦਾ ਪਾਣੀ ਕਿਸੇ ਕੋਲ ਹੈ ਸੀ ਪਾਣੀ ਕਿਸੇ ਕੋਈ ਨਹੀਂ ਸੀ ਕਿਸੇ ਨੇ ਦਾਣੇ ਛੋਲੇ ਦੇ ਬਣਾਏ ਸੀ ਕਿਸੇ ਨੇ ਮਕਈ ਦੇ ਬਣਾਏ ਸੀ ਇਹੋ ਜਿਹਾ ਕੰਮ ਕਰ ਲੈ ਕਿਸੇ ਦਾਣੇ ਅੱਛਾ ਜਲੰਧਰ ਤੋਂ ਫਿਰ ਕਿੱਧਰ ਨੂੰ ਕਹੋ ਤੁਸੀਂ ਗਏ ਜੀ ਅਸੀਂ ਜਲੰਧਰੋਂ ਫਿਰ ਅਸੀਂ ਆਏ ਹਾਂ ਦੋ ਮਹੀਨੇ ਰਹਿ ਕੇ ਕੈਂਪ ਦੇ ਵਿੱਚ ਉੱਚੀ ਬੋਲੋ ਥੋੜ੍ਹਾ ਕੋ ਕੈਂਪ ਦੇ ਵਿੱਚ ਰਹਿ ਕੇ ਅਤੇ ਫਿਰ ਅਸੀਂ ਆਏ ਹਾਂ ਰੇਲ ਦੀ ਤਰਫ ਗੱਡੀਆਂ ਗੱਡੀਆਂ ਚੱਲੀਆਂ ਗੱਡੀਆਂ ਦੇ ਵਿੱਚ ਬਹਿ ਕੇ ਫਿਰ ਅਸੀਂ ਲਾਹੌਰ ਆਏ ਹਾਂ ਇੱਥੇ ਅਸੀਂ ਕੈਂਪ ਲੱਗਾ ਲਾਹੌਰ 'ਤੇ ਇੱਥੇ ਰਹੇ ਅਸੀਂ ਚਾਰ ਪੰਜ ਦਿਨ ਗੁਜਰਾਲੇ ਉੱਥੋਂ ਉੱਠੇ ਹਾਂ ਅਤੇ ਫਿਰ ਆ ਗਏ ਅਸੀਂ ਸ਼ਹਿਰ ਗੁਜਰਾਲੇ ਉੱਥੋਂ ਲਈ ਆ ਗੱਡੀ ਆਪਣੀ ਆ ਕੀ ਨਾਂ ਲਈ ਜਾ ਰਹੀ ਹੈ ਉੱਥੋਂ ਫਿਰ ਚੜੇ ਆ ਅਤੇ ਇੱਥੇ ਆ ਗਏ ਇੱਥੋਂ ਕਿਤੇ ਨਹੀਂ ਗਏ ਫਿਰ ਅਸੀਂ ਮੁੜ ਗਏ ਇੱਥੇ ਕਿੰਨੀਆਂ ਪੈਲੀਆਂ ਮਿਲ ਗਈਆਂ ਤੁਹਾਨੂੰ ਇੱਥੇ ਤਿੰਨ ਘਰ ਮਿਲ ਗਿਆ ਸੀ ਖਾਲੀ ਇੱਥੇ ਹਾਂ ਤਰੇ ਪੈਲੀਆਂ ਘਰ ਖਾਲੀ ਮਿਲਿਆ ਸੀ ਘਰ ਖਾਲੀ ਆ ਸਾਡੇ ਆ ਘਰ ਖਾਲੀ ਸੀ ਕਿਹਦਾ ਸੀ ਘਰ ਇਹ ਸਿੱਖਾਂ ਦੇ ਕਿਹੜੇ ਸਿੱਖ ਦਾ ਸੀ ਪਤਾ ਬਾਬਾ ਬੂਟਾ ਸਿੰਘ ਸੀ ਇਹ ਬੂਟਾ ਸਿੰਘ ਦੇ ਘਰ 'ਚ ਤੁਸੀਂ ਰਹਿ ਰਹੇ ਜਿਹਦਾ ਉਹ ਜਿਹਦਾ ਮੁੰਡਾ ਗੁਲਦਾਰ ਸੀ ਉਹ ਬੂਟਾ ਸਿੰਘ ਜਿਹੜਾ ਚੌਧਰੀ ਸੀ ਪਿੰਡ ਦਾ ਬੂਟਾ ਸਿੰਘ ਸੀ ਉਹਦਾ ਖਰੇ ਗੁਲਜਾਰ ਸੀ ਉਹਦਾ ਭਰਾ ਪੁੱਤਰ ਕੇ ਗੁਲਜਾਰ ਸੀ ਉਹਦਾ ਪੁੱਤਰ ਗੁਲਜਾਰ ਇੱਕ ਦਾ ਨਾਂ ਸੀ ਖਰੇ ਗੁਲਜਾਰ ਸੀ ਇੱਕ ਦਾ ਨਾਂ ਖਰੇ ਪਤਾ ਨਹੀਂ ਦੂਜੇ ਦਾ ਵੱਡੇ ਦਾ ਨਾਂ ਸੀ ਇਹ ਦੋ ਪੁੱਤਰ ਸੀ ਉਹਦੇ ਅੱਛਾ ਇੱਥੇ ਹੁੰਦਾ ਸੀ ਖੂਹ ਅੱਜ ਇੱਥੇ ਹੁਣ ਇੱਥੇ ਕੀ ਸੀ ਖੂਹ ਸੀ ਇੱਥੇ ਖੂਹ ਬਾਹਰ ਬੂਹ ਗਏ ਹਾਂ ਅੱਛਾ ਮਸੀਦ ਦੇ ਹਾਂ ਅਤੇ ਇੱਥੇ ਉਹਨੇ ਨਾ ਬਾਬਾ ਜੀ ਤੁਸੀਂ ਆਏ ਜੇ ਮਸੀਦ ਉਦੋਂ ਆਇਆ ਸੀ ਆਹ ਜਿਹੜੀ ਮਸੀਦ ਦਾ ਆਪਣੀ ਬਣਾਈ ਆ ਹੁਣ ਅੱਛਾ ਅੱਛਾ ਆਹ ਹੋ ਗਏ ਨੇ 20 ਸਾਲ ਬਣਾਏ ਨੂੰ ਅੱਛਾ ਅੱਛਾ ਫਿਰ ਕੋਈ ਚਾਹ ਚੌਕ ਦੇ ਸਾਹਮਣੇ ਖੂਹੀ ਸੀ ਹੈ ਹਾਂ ਖੂਹ ਖੂਹ ਵਗਦਾ ਹੁੰਦਾ ਸੀ ਅੱਛਾ ਜੀ ਤੁਸੀਂ ਜਿਹੜੇ ਘਰ 'ਚ ਆਣ ਕੇ ਰਹੇ ਜੀ ਬੂਟੇ ਸਿੰਘ ਵਾਲੇ ਜੋ ਪੱਕਾ ਸੀ ਕਿ ਕੱਚਾ ਕੱਚਾ ਕਿੰਨੇ ਮਕਾਨ ਸਾਂ ਵਿੱਚ ਅਤੇ ਦੋ ਦੋ ਮਕਾਨ ਹੋਰ ਕੀ ਸੀ ਦੱਸੋ ਨਾ ਸਾਰਾ ਹੋਰ ਹਾਂ ਦੋ ਮਕਾਨ ਸੀ ਹਾਂ ਅਤੇ ਕੱਚੇ ਮਕਾਨ ਸੀ ਦੋਵੇਂ ਅੱਛਾ ਕੂੜਾ ਸੀ ਹੋਰ ਕੁਝ ਚਲਾਨੀ ਸ਼ਲਾਨੀ ਨਲਕਾ ਲੱਗਾ ਸੀ ਵਿੱਚ ਨਲਕਾ ਲੱਗਾ ਸੀ ਅੱਗੇ ਉਹ ਨਲਕੇ ਦੀ ਮਸ਼ੀਨ ਲਾ ਕੇ